चेयरपर्सन मनीषा गुलाटी अक्सर ही सोशल मीडिया से चर्चावां विच रहंदे हन। किसी ने किसी खास मुद्दे नूं लै के अक्सर ही मनीषा गुलाटी सोशल मीडिया से एक्टिव रहंदे हन। इस दे चलदे ही अज मोहाली विच बने वूमन हेल्प डेस्क दा अचनचेत दौरा कीता गया। मनीषा गुलाटी ने इस नूं अपने फेसबुक पेज ते शेयर कीता अते लिखा कि अज जदों मैं अपने दफ्तर आई तां इह बुजुर्ग माता जी ते बापू जी मेरे दफ्तर दे बाहर बैठे सी। ਤਾਂ ਮੈਂ ਪੁੱਛਿਆ ਕਿ ਮਾਤਾ ਜੀ ਦੱਸੋ ਮੈਂ ਕੀ ਮਦਦ ਕਰ ਸਕਦੀ ਹਾਂ, ਤੁਸੀਂ ਇੱਦਾਂ ਇੱਥੇ ਬੈਠੇ ਹੋ। ਤਾਂ ਉਹਨਾਂ ਨੇ ਮੈਨੂੰ ਆਪਣੀ ਸ਼ਿਕਾਇਤ ਦੱਸੀ, ਜਿਸ ਤੋਂ ਬਾਅਦ ਮੈਂ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਇਹਨਾਂ ਬਜ਼ੁਰਗਾਂ ਦੀ ਮਦਦ ਕਰਨ ਅਤੇ ਇਹਨਾਂ ਦੀ ਗੱਲ ਸੁਣਨ 'ਤੇ ਮੈਨੂੰ ਇਹਨਾਂ ਦੇ ਮਸਲੇ ਦੀ ਅਪਡੇਟ ਦੇ। ਇਸ ਦੀ ਇੱਕ ਵੀਡੀਓ ਵੀ ਮਨੀਸ਼ਾ ਗੁਲਾਟੀ ਨੇ ਸੋਸ਼ਲ ਮੀਡੀਆ 'ਤੇ ਅਪਡੇਟ ਕੀਤੀ ਹੈ, ਆਹ ਤੁਹਾਨੂੰ ਦਿਖਾ ਦਿੰਦੇ ਹਾਂ। ਪੁਲਿਸ ਨੇ ਨਹੀਂ ਸੁਣਿਆ। ਕਿਹੜੇ ਥਾਣੇ ਨੇ ਬੁਲਾਇਆ? ਦੇਖੋ ਕਿਹੜੇ ਥਾਣੇ ਨੇ ਬੁਲਾਇਆ ਤੇ ਕੰਪਲੇਂਟ ਕਦੋਂ ਦੀ ਦਿੱਤੀ ਹੈ ਥਾਣੇ? ਕੰਪਲੇਂਟ ਥਾਣੇ ਚ ਕਦੋਂ ਦੀ ਦਿੱਤੀ ਹੈ? ਤੁਸੀਂ ਚੁੱਪ ਕਰੋ, ਰੋਣਾ ਨਹੀਂ, ਰੋਣ ਦੀ ਕੋਈ ਲੋੜ ਨਹੀਂ। ਕੋਈ ਗੱਲ ਨਹੀਂ ਮਾਤਾ ਜੀ, ਮੈਂ ਦੇਖਾਂਗੀ, ਮੈਂ ਤੁਹਾਡੀ ਮਦਦ ਕਰਾਂਗੀ, ਤੁਹਾਡੀ ਨੂੰਹ ਦੀ ਐਸੀ ਤੈਸੀ ਫੇਰਾਂਗੀ, ਤੁਹਾਨੂੰ ਪੁੱਛਦੀ ਹੈ। ਤੁਸੀਂ ਤੋਂ ਬਜ਼ੁਰਗਾਂ ਅਤੇ ਧੀਆਂ ਲਈ ਮਸੀਹਾ ਬਣ ਕੇ ਆਈ ਹੈ ਮਨੀਸ਼ਾ ਗੁਲਾਟੀ, ਤੇ ਮਨੀਸ਼ਾ ਗੁਲਾਟੀ ਵੱਲੋਂ ਅਜਿਹੇ ਕਿੰਨੇ ਹੀ ਮਸਲੇ ਹੱਲ ਕੀਤੇ ਗਏ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਮਨੀਸ਼ਾ ਗੁਲਾਟੀ ਵੱਲੋਂ ਭਵਿੱਖ ਵਿੱਚ ਕਿੰਨੇ ਮਸਲੇ ਸੁਲਝਾਏ ਜਾਂਦੇ ਨੇ। ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ।